ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਰਵੀ ਸਿੰਘ ਖਾਲਸਾ ਨੇ ਕਿਸਾਨ ਆਗੂਆਂ ਨੂੰ ਦੱਸਿਆ ਜਿੱਤ ਦਾ ਮੰਤਰ ਹੁਣ ਕਿਸਾਨਾਂ ਦੀ ਜਿੱਤ ਪੱਕੀ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਮਤਰਾ ਭੇਲੀਆਂ ਤੇ ਰਿਸ਼ਤੇਦਾਰਾਂ ਦੇ ਨਾਲ ਸਾਂਝਾ ਕਰਿਓ ਤਾਂ ਜੋ ਲੇਟੈਸਟ ਅਪਡੇਟ ਉਹ ਸਾਰੇ WhatsApp ਨੰਬਰਾਂ ਤੇ ਤੁਸੀਂ ਅੱਗੇ ਵੀਡੀਓ ਨੂੰ ਭੇਜਣਾ ਹੈ ਜੀ ਤਾਂ ਜੋ ਇਹ ਵੀਡੀਓ ਕਿਸਾਨ ਜਥੇਬੰਦੀਆਂ ਦੇ ਕੋਲੇ ਪਹੁੰਚ ਸਕੇ ਕਿਸਾਨ ਆਗੂਆਂ ਦੇ ਕੋਲੇ ਪਹੁੰਚ ਸਕੇ ਸੋ ਸ਼ੁਰੂਆਤ ਕਰਦੇ ਹਾਂ ਜੀ ਖਬਰ ਦੀ ਰਵੀ ਸਿੰਘ ਖਾਲਸਾ ਹਮੇਸ਼ਾ ਹੀ ਪੰਜਾਬ ਦੇ ਭਲੇ ਲਈ ਹਰ ਤਰ੍ਹਾਂ ਦੀ ਮਦਦ ਅਤੇ رائے ਦੇਣ ਦੇ ਲਈ ਤਿਆਰ ਰਹਿੰਦੇ ਹਨ ਪਿਛਲੇ 2 ਦਿਨਾਂ ਤੋਂ ਰਵੀ ਸਿੰਘ ਖਾਲਸਾ ਜੀ ਕਿਸਾਨ ਜਥੇਬੰਦੀਆਂ ਤੇ ਨੌਜਵਾਨਾਂ ਨੂੰ رائے ਦੇ ਰਹੇ ਹਨ ਬੇਨਤੀ ਤੇ ਅਪੀਲ ਕਰ ਰਹੇ ਹਨ ਰਵੀ ਸਿੰਘ ਖਾਲਸਾ ਜੀ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਸਰਕਾਰ ਦੇ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲੇ ਰੱਖੋ ਅਗਰ ਤੁਸੀਂ ਸਰਕਾਰ ਦੇ ਨਾਲ رابطہ ਬੰਦ ਕਰ ਦਿਓਗੇ ਤਾਂ ਤੁਹਾਡੀ ਜਗ੍ਹਾ ਤੇ ਕੋਈ ਹੋਰ ਜਾ ਕੇ ਗੱਲਬਾਤ ਸ਼ੁਰੂ ਕਰ ਸਕਦਾ ਜੋ ਕਿ ਨੁਕਸਾਨਦੇ ਹੋਵੇਗਾ ਦੋਸਤੋ ਤੁਸੀਂ ਆਪਣੇ ਫੋਨ ਦੀ ਡਿਸਪਲੇ ਦੇ ਉੱਪਰ ਰਵੀ ਸਿੰਘ ਖਾਲਸਾ ਦਾ ਜਿਹੜਾ ਅਫੀਸ਼ੀਅਲ ਅਨਾਉਂਸਮੈਂਟ ਉਹਨਾਂ ਨੇ ਆਪਣੇ ਟਵਿੱਟਰ ਫੇਸਬੁੱਕ ਸਭ ਜਗ੍ਹਾ ਤੇ ਇਸ ਨੂੰ ਪੋਸਟ ਕੀਤਾ ਹੈ ਜੀ ਉਸ ਨੂੰ ਤੁਸੀਂ ਦੇਖ ਸਕਦੇ ਹੋ ਰਵੀ ਸਿੰਘ ਖਾਲਸਾ ਖਾਲਸਾ ਏਡ ਦਾ ਹੈਸ਼ਟੈਗ ਲੱਗਾ ਹੋਇਆ ਹੈ ਉਹਨਾਂ ਨੇ ਕਿਹਾ ਜੀ ਮੈਂ ਕਿਸਾਨ ਆਗੂਆਂ ਨੂੰ ਅਪੀਲ ਤੇ ਬੇਨਤੀ ਕਰਦਾ ਹਾਂ ਕਿਰਪਾ ਕਰਕੇ ਗੱਲਬਾਤ ਦੇ ਸਾਰੇ ਦਰਵਾਜ਼ੇ ਖੁੱਲੇ ਰੱਖੋ ਅਗਰ ਤੁਸੀਂ ਸਰਕਾਰ ਦੇ ਨਾਲ ਗੱਲਬਾਤ ਬੰਦ ਕਰੋਗੇ ਰਾਬਤਾ ਬੰਦ ਕਰੋਗੇ ਤਾਂ ਤੁਹਾਡੀ ਜਗ੍ਹਾ ਤੇ ਕੋਈ ਹੋਰ ਤੀਜਾ ਬੰਦਾ ਜਾ ਕੇ ਗੱਲਬਾਤ ਸ਼ੁਰੂ ਕਰੇਗਾ ਜਿਹੜਾ ਕਿ ਨੁਕਸਾਨ ਦਾ ਸਾਬਤ ਹੋਵੇਗਾ ਰਵਾਇਤੀ ਸਿਆਸਤਦਾਨ ਜੋ ਇਸ ਸੰਘਰਸ਼ ਨੂੰ ਆਪਣੀ ਸਿਆਸੀ ਲਾਹੇ ਲਈ ਵਰਤਣਾ ਚਾਹੁੰਦੇ ਹਨ ਉਹਨਾਂ ਬਾਰੇ ਖਾਸ ਧਿਆਨ ਰੱਖਿਆ ਜਾਣਾ ਵੀ ਜ਼ਰੂਰੀ ਹੈ ਤਾਂ ਕਿ ਉਹ ਤੁਹਾਡੇ ਵੱਲੋਂ ਸਰਕਾਰ ਦੇ ਨਾਲ ਕੋਈ ਸਮਝੌਤਾ ਕਰਕੇ ਸੰਘਰਸ਼ ਨੂੰ ਲੀਹੂ ਨਾ ਲਾ ਦੇਣ ਸੋ ਵੱਡੀਆਂ ਜਿਹੜੀਆਂ ਉਹਨਾਂ ਨੇ ਰਾਏਆਂ ਦਿੱਤੀਆਂ ਨੇ ਤੁਸੀਂ ਉਹਨਾਂ ਲੋਕਾਂ ਨਾਲ ਸਲਾਹ ਕਰਕੇ ਚੱਲੋ ਜੋ ਤੁਹਾਨੂੰ ਸਮਰਥਨ ਕਰਦੇ ਹਨ ਉੱਚ ਪੱਧਰ ਦੀ ਸੰਧੀ ਵਾਰਤਾ ਕਰਨ ਦਾ ਤਜਰਬਾ ਅਤੇ ਆਲਮੀ ਸਿਆਸਤ ਦੀ ਚੰਗੀ ਡੂੰਗੀ ਜਾਣਕਾਰੀ ਵੀ ਰੱਖਦੇ ਹੁਣ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਖਾਲਸਾ ਏਡ ਦੇ ਬਾਨੀ ਸਰਦਾਰ ਰਵੀ ਸਿੰਘ ਖਾਲਸਾ ਏਡ ਵਾਲੇ ਨੇ ਬੇਨਤੀ ਕੀਤੀ ਹੈ ਕਿ ਲੱਖਾ ਸਦਾਨਾ ਦੀਪ ਸਿੱਧੂ ਦੇ ਨਾਲ ਕਿਸਾਨ ਜਥੇਬੰਦੀਆਂ ਇਕੱਠੀਆਂ ਰਹਿਣ ਕਿਸਾਨ ਜਥੇਬੰਦੀਆਂ ਸਾਡੀਆਂ ਸਤਿਕਾਰਯੋਗ ਹਨ ਜੇ ਕਿਸਾਨ ਦਾ ਕੋਈ ਵੀ ਨੁਕਸਾਨ ਹੋਵੇਗਾ ਇਤਿਹਾਸ ਕਿਸੇ ਪੰਜਾਬੀ ਨੂੰ ਮਾਫ਼ ਨਹੀਂ ਕਰੇਗਾ ਸੋ ਦੋਸਤੋ ਤੁਸੀਂ ਖਾਲਸਾ ਏਡ ਦੇ ਰਵੀ ਸਿੰਘ ਬਾਨੀ ਤੇ ਕਨੇਡਾ ਦੇ ਐਮਪੀ ਨੂੰ ਨਾਲ ਦੇਖ ਸਕਦੇ ਹੋ ਉਹਨਾਂ ਦੀ ਫੋਟੋ ਵੀ ਆ ਜੀ ਤੇ ਇਸ ਦੇ ਲਈ ਸਾਰੇ ਪੰਜਾਬ ਨੂੰ ਇਕੱਠਾ ਰਹਿਣਾ ਚਾਹੀਦਾ ਬੇਸ਼ੱਕ ਉਹ ਕਿਸੇ ਵੀ ਵਰਗ ਨਾਲ ਸੰਬੰਧ ਰੱਖਦਾ ਹੋਵੇ ਜੇ ਕੋਈ ਗੁੱਸੇ ਗਿਲੇ ਹਨ ਉਹ ਪੰਜਾਬ ਦੇ ਵਿੱਚ ਆ ਕੇ ਨਬੇੜ ਲਵਾਗੇ ਕਿਉਂਕਿ ਟੱਕਰ ਪੰਜਾਬ ਦੀ ਬਹੁਤ ਵੱਡੀ ਤਾਕਤ ਦੇ ਨਾਲ ਹੈ ਕੋਈ ਨਹੀਂ ਚਾਹੁੰਦਾ ਲੋਕਾਂ ਦੇ ਨੌਜਵਾਨ ਪੋਤੇ ਸਜਹਾਨ ਤੋਂ ਜਾਣ ਦੱਸ ਦਈਏ ਕਿ ਇਹ ਪੋਸਟ ਜਗਦੀਪ ਰੰਧਾਵੇ ਦੇ ਵੱਲੋਂ ਆਪਣੇ ਪੇਸ ਤੇ ਪਾਈ ਗਈ ਆ ਜਿਨ੍ਹਾਂ ਨੇ ਸਰਦਾਰ ਰਵੀ ਸਿੰਘ ਖਾਲਸਾ ਜੀ ਦਾ ਧੰਨਵਾਦ ਕੀਤਾ ਹੈ ਇਸ ਸਮੇਂ ਪੰਜਾਬ ਦੇ ਕਿਸਾਨ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚੋਂ ਕਿਸਾਨ ਦਿੱਲੀ ਵਿੱਚ ਡਟੇ ਹਨ ਜਿਨ੍ਹਾਂ ਦੇ ਵਿੱਚ ਸਾਰਿਆਂ ਦਾ ਇੱਕੋ ਹੀ ਮਕਸਦ ਹੈ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਸੋ ਮੀਟਿੰਗ ਚੱਲ ਰਹੀ ਹੈ ਦੋਸਤੋ ਕੁਝ ਹੀ ਸਮੇਂ ਤੱਕ ਰਿਜ਼ਲਟ ਆਉਣ ਵਾਲਾ ਹੈ ਕੀ ਆਉਂਦਾ ਹੈ ਤੁਹਾਡੇ ਨਾਲ ਆਪਾਂ ਪੂਰੀ ਅਪਡੇਟ ਸਾਂਝੀ ਕਰਾਂਗੇ ਤੁਸੀਂ ਉਤਨੀ ਦੇਰ ਇੰਤਜ਼ਾਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਇਸੇ ਤਰ੍ਹਾਂ ਹੀ ਪਿਆਰ ਤੇ ਸਤਿਕਾਰ ਮਾਣ ਤਾਣ ਬਖਸ਼ਦੇ ਰਹੋ ਧੰਨਵਾਦ